ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਦੇ ਰਿਜ਼ਲਟ ਕਦੋਂ ਆਉਣਗੇ ਪ੍ਰੋਸੈਸਿੰਗ ਟਾਈਮ ਕਿੰਨੇ ਵੀਕਸ ਦਾ ਚੱਲ ਰਿਹਾ ਕੀ ਪ੍ਰੋਸੈਸਿੰਗ ਟਾਈਮ ਤੋਂ ਪਹਿਲਾਂ ਵੀ ਰਿਜ਼ਲਟ ਮਿਲ ਸਕਦੇ ਆ ਜਾਂ ਨਹੀਂ ਮਿਲ ਸਕਦੇ ਨਾਲ ਦੀ ਨਾਲ ਆਪਾਂ ਇਸ ਵੀਡੀਓ ਦੇ ਦੂਜੇ ਮੁੱਦੇ ਤੇ ਗੱਲ ਕਰਾਂਗੇ ਕੀ ਸਪਾਊਸ ਓਪਨ ਵਰਕ ਪਰਮਿਟ ਦੇ ਜਿਹੜੀਆਂ ਐਪਲੀਕੇਸ਼ਨਸ ਦਾ ਜਿਹੜਾ ਬੈਕਲੌਗ ਆ ਉਹ ਕਦੋਂ ਤੱਕ ਖਤਮ ਹੋ ਸਕਦਾ ਨਾਲ ਦੀ ਨਾਲ ਕਿਹੜੇ ਇਹੋ ਜਿਹੇ ਅੰਦੇਸ਼ੇ ਆ ਜਾਂ ਕਿਹੜੇ ਇਹੋ ਜਿਹੇ ਸਾਈਨ ਆ ਜਿਨ੍ਹਾਂ ਤੋਂ ਆਪਾਂ ਉਮੀਦ ਕਰ ਸਕਦੇ ਆ ਕਿ ਹੌਲੀ ਹੌਲੀ ਆਈਆਰ ਸੀਸੀ ਜਿਹੜਾ ਸਪਾਊਸ ਓਪਨ ਵਰਕ ਪਰਮਿਟ ਦਾ ਬੈਕਲੌਗ ਆ ਉਹ ਕਲੀਅਰ ਕਰਨਾ ਸ਼ੁਰੂ ਕਰ ਰਹੀ ਆ ਨਾਲ ਦੀ ਨਾਲ ਆਪਾਂ ਇਸ ਵੀਡੀਓ ਦੇ ਤੀਜੇ ਮੁੱਦੇ ਤੇ ਗੱਲ ਕਰਾਂਗੇ ਉਹ ਹੈਗਾ ਕਿ ਆਫਟਰ ਇੰਟਰਵਿਊ ਮੈਡੀਕਲ ਰਿਕਵੈਸਟ ਦੇ ਨਾਲ ਨਾਲ ਡਾਕੂਮੈਂਟ ਰਿਕਵੈਸਟ ਆਉਣ ਦਾ ਕੀ ਮਤਲਬ ਹੈ ਕੀ ਇਹ ਪੋਜ਼ਿਟਿਵ ਸਾਈਨ ਹੈਗਾ ਜਾਂ ਨਹੀਂ ਹੈਗਾ ਤੇ ਸਸੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਠੀਕ ਠਾਕ ਹੋਗੇ ਜਿੱਥੇ ਵੀ ਹੋਗੇ ਰਾਜੀ ਖੁਸ਼ੀ ਹੋਗੇ ਜੇ ਇਹ ਵੀਡੀਓ ਤੁਸੀਂ ਮੇਰੇ ਚੈਨਲ ਤੇ ਪਹਿਲੀ বার ਦੇਖ ਰਹੇ ਹੋ ਵੀਡੀਓ ਚੰਗੀ ਲੱਗਦੀ ਆ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਤੇ ਹੁਣ ਆਪਾਂ ਵੀਡੀਓ ਕਰਦੇ ਆ ਸ਼ੁਰੂ ਹਾਂਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਦੇ ਰਿਜ਼ਲਟਸ ਦੇ ਬਾਰੇ ਬਹੁਤ ਸਾਰੀਆਂ ਐਪਲੀਕੇਸ਼ਨਾਂ ਇਸ ਟਾਈਮ ਐਮਬੈਸੀ ਦੇ ਵਿੱਚ ਸਟਕ ਹੋਈਆਂ ਪਈਆਂ ਹਜੇ ਤੱਕ ਕੋਈ ਅਤਾ ਪਤਾ ਨਹੀਂ ਕਿ ਕਦੋਂ ਤੱਕ ਰਿਜ਼ਲਟ ਆਊਗਾ ਉਹਨਾਂ ਦੇ ਉੱਤੇ ਪਰ ਇੱਕ ਚੀਜ਼ ਕਿਤੇ ਨਾ ਕਿਤੇ ਕਲੀਅਰ ਹੁੰਦੀ ਨਜ਼ਰ ਆ ਰਹੀ ਆ ਕਿ ਆਈਆਰਸੀਸੀ ਹਜੇ ਵੀ ਕੋਵਿਡ ਦਾ ਬਹਾਨਾ ਲਾ ਕੇ ਬਹੁਤ ਸਾਰੇ ਐਪਲੀਕੈਂਟਸ ਨੂੰ ਲੌਲੀਪੌਪ ਦੇਣ ਦੀ ਕੋਸ਼ਿਸ਼ ਕਰ ਰਹੀ ਆ ਕਿ ਭਾਈ ਫਲਾਨੀ ਚੀਜ਼ ਹਜੇ ਨਹੀਂ ਹੋ ਰਹੀ ਸਾਡੇ ਕੋਲੇ ਫੁੱਲ ਕੈਪੈਸਿਟੀ ਦੇ ਵਿੱਚ ਜਿਹੜੇ ਆਫੀਸਰਸ ਨੇ ਉਹ ਵਰਕ ਨਹੀਂ ਕਰ ਰਹੇ ਰਿਮੋਟਲੀ ਵਰਕ ਕਰ ਰਿਹਾ ਕੋਵਿਡ ਕਰਕੇ ਸੋ ਇਹ ਬਹਾਨਾ ਲਗਭਗ 2020 ਤੋਂ ਲੈ ਕੇ 2021 ਖਤਮ ਹੋਣ ਵਾਲਾ ਹਜੇ ਤੱਕ ਇਹਨਾਂ ਦਾ ਮੁੱਕਿਆ ਨਹੀਂ ਨਾਲ ਦੀ ਨਾਲ ਜੇ ਆਪਾਂ ਗੱਲ ਕਰਦੇ ਹਾਂ ਪੋਜ਼ਿਟਿਵਿਟੀ ਦੀ ਤਾਂ ਪੋਜ਼ਿਟਿਵਿਟੀ ਦੇ ਆਧਾਰ ਤੇ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਜਿਹੜੀਆਂ ਇੰਪਰੂਵਮੈਂਟਸ ਪ੍ਰੋਸੈਸਿੰਗ ਦੇ ਵਿੱਚ ਹੋਈਆਂ ਉਹ ਹੈਗੀਆਂ ਅਕਤੂਬਰ ਤੇ ਨਵੰਬਰ ਦੇ ਵਿੱਚ ਉਹ ਕਿਉਂ ਹੋਈਆਂ ਕਿਉਂਕਿ ਬਹੁਤ ਸਾਰੇ ਐਪਲੀਕੈਂਟਸ ਸੀ ਜਿਨ੍ਹਾਂ ਦੀਆਂ ਫਾਈਲਾਂ 2020 ਦੀਆਂ ਸਟਕ ਹੋਈਆਂ ਪਈਆਂ ਸੀਆਂ ਕੋਈ ਅਪਡੇਟ ਨਹੀਂ ਆ ਰਿਹਾ ਸੀਗਾ ਕੋਈ ਕੁਝ ਨਹੀਂ ਆ ਰਿਹਾ ਸੀਗਾ ਬਟ 2021 ਦੇ ਅਕਤੂਬਰ ਦੇ ਪਹਿਲੇ ਵੀਕ ਦੇ ਵਿੱਚ ਸਤੰਬਰ ਦੇ ਵਿੱਚ ਵੀ ਕਾਫੀ ਜ਼ਿਆਦਾ ਹੈਲਚਲ ਹੋਈ ਕਾਫੀ ਜ਼ਿਆਦਾ ਵੀਜ਼ੇ ਆਏ ਪਰ ਸਤੰਬਰ ਅਕਤੂਬਰ ਨਵੰਬਰ ਇਹ ਤਿੰਨ ਮਹੀਨੇ ਇਦਾਂ ਦੇ ਸੀ ਇਹ ਸਪਾਊਸ ਓਪਨ ਵਰਕ ਪਰਮਿਟ ਆਲੇ ਆਸਤੇ ਐਪਲੀਕੈਂਟ ਆ ਜਿਹੜੇ ਕਿ ਕਾਫੀ ਜ਼ਿਆਦਾ ਇੰਪਰੂਵਮੈਂਟ ਲੱਗਦੀ ਹੈ ਪ੍ਰੋਸੈਸਿੰਗ ਦੀ ਉਹ ਇਸ ਕਰਕੇ ਕਿ ਬਹੁਤ ਸਾਰੇ ਐਪਲੀਕੈਂਟਸ ਨੂੰ ਡਾਕੂਮੈਂਟ ਰਿਕਵੈਸਟ ਆਈ ਆ ਬਹੁਤ ਸਾਰੇ ਐਪਲੀਕੈਂਟਸ ਨੂੰ ਜਿਹੜੀਆਂ ਮੈਡੀਕਲ ਰਿਕਵੈਸਟ ਆਈਆਂ ਜੋ ਕਿ ਕਿਤੇ ਨਾ ਕਿਤੇ ਪੋਜ਼ਿਟਿਵ ਸਾਈਨ ਹੈਗਾ ਕਿ ਉਹਨਾਂ ਦੀਆਂ ਫਾਈਲਾਂ ਦੇ ਉੱਤੇ ਵਰਕ ਹੋ ਰਿਹਾ ਮੈਡੀਕਲ ਵੀ ਬਹੁਤ ਸਾਰੇ ਅਪਡੇਟ ਹੋ ਰਿਹਾ ਕਿਤੇ ਨਾ ਕਿਤੇ ਆ दे रिजल्ट मिल ਸਕਦੇ ਹੁਣ ਇੱਥੇ ਇੱਕ ਹੋਰ ਚੀਜ਼ ਹੈਗੀ ਆ ਕਿ ਪ੍ਰੋਸੈਸਿੰਗ ਟਾਈਮ ਜੇ ਅੱਜ ਦੇ ਦਿਨ ਆਪਾਂ ਗੱਲ ਕਰਦੇ ਆਂ ਤਾਂ ਰਾਈਟ ਨਾਓ 35 ਵੀਕ ਦਾ ਪ੍ਰੋਸੈਸਿੰਗ ਟਾਈਮ ਹੋਇਆ ਪਿਆ ਆਊਟਸਾਈਡ ਦੀ ਕੈਨੇਡਾ ਜਿੰਨੇ ਵੀ ਵਰਕ ਪਰਮਿਟ ਦੀਆਂ ਐਪਲੀਕੇਸ਼ਨਸ ਆ ਪਰ ਬਹੁਤ ਸਾਰੀਆਂ ਐਪਲੀਕੇਸ਼ਨਸ ਇਦਾਂ ਦੀਆਂ ਵੀ ਆ ਜਿਨ੍ਹਾਂ ਦੇ ਰਿਜ਼ਲਟ 35 ਵੀਕ ਤੋਂ ਪਹਿਲਾਂ ਵੀ ਆ ਗਿਆ ਖਾਸ ਤੌਰ ਤੇ ਜਿਨ੍ਹਾਂ ਨੇ ਐਪਲੀਕੇਸ਼ਨ ਸਬਮਿਟ ਕੀਤੀ ਸੀ 2021 ਦੇ ਵਿੱਚ ਹੁਣ 2021 ਵਾਲਿਆਂ ਨੇ ਥੱਲੇ ਰੌਲਾ ਪਾ ਲੈਣਾ ਕਿ ਭਾਜੀ ਸਾਡੇ ਵੀ 2021 ਦੀ ਲੱਗੀ ਹੋਈ ਸਾਡਾ ਤਾਂ ਰਿਜ਼ਲਟ ਨਹੀਂ ਆਇਆ ਸੋ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਕੋਈ ਇਦਾਂ ਦੀ ਫਾਈਲ ਹੋਵੇ ਜਿਹਨੂੰ ਜਲਦੀ ਪਿਕ ਕਰ ਲਿਆ ਹੋਵੇ ਸਿਸਟਮ ਨੇ ਤੇ ਉਹਦਾ ਰਿਜ਼ਲਟ ਜਲਦੀ ਆ ਗਿਆ ਹੋ। ਹੁਣ ਆਪਾਂ ਇਸ ਵੀਡੀਓ ਦੇ ਦੂਜੇ ਮੁੱਦੇ ਤੇ ਗੱਲ ਕਰਦੇ ਹਾਂ ਉਹ ਹੈਗਾ ਕਿ ਬੈਕਲੌਗ ਸਪਾਉਸ ਓਪਨ ਵਰਕ ਪਰਮਿਟ ਦਾ। ਕਿਉਂਕਿ ਬਹੁਤ ਸਾਰੀਆਂ ਐਪਲੀਕੇਸ਼ਨਾਂ 2020 ਦੇ ਵਿੱਚ ਲੱਗੀਆਂ ਹੋਈਆਂ। ਕਿਤੇ ਨਾ ਕਿਤੇ ਮੈਂ ਇੱਕ ਪੋਜ਼ਿਟਿਵ ਸਾਈਨ ਤੁਹਾਨੂੰ ਦੱਸਦਾ ਕਿ ਜਿੱਦਾਂ ਬਹੁਤ ਸਾਰੇ ਐਪਲੀਕੈਂਟਸ ਨੂੰ ਇੰਟਰਵਿਊ ਰਿਕੁਐਸਟ ਆ ਰਹੀ ਆ, ਮੈਡੀਕਲ ਰਿਕੁਐਸਟ ਆ ਰਹੀ ਆ ਤੇ ਡਾਕੂਮੈਂਟ ਰਿਕੁਐਸਟ ਆ ਰਹੀ ਆ। ਸੋ ਇਹਨਾਂ ਤੋਂ ਲੱਗ ਰਿਹਾ ਕਿ ਕਿਤੇ ਨਾ ਕਿਤੇ ਆਈਆਰਸੀਸੀ ਹ ਇੰਨਾਂ ਸਾਰੀਆਂ ਫਾਈਲਾਂ ਨੂੰ ਨਿਵੇੜਨ ਦੀ ਕਾਲੀ ਦੇ ਵਿੱਚ ਹੈਗੀ ਹੈ ਕਿ ਕਿਤੇ ਨਾ ਕਿਤੇ ਜਲਦੀ ਦੇ ਵਿੱਚ ਇਹਨਾਂ ਦੀਆਂ ਸਾਰੀਆਂ ਜਿਹੜਾ ਬੈਕਲੌਗ ਆ ਕਲੀਅਰ ਕੀਤਾ ਜਾਊਗਾ ਕਿਉਂਕਿ ਇੱਕ ਪੋਜ਼ਿਟਿਵ ਸਾਈਨ ਇਹ ਹੈ ਜਦੋਂ ਅਕਤੂਬਰ ਨਵੰਬਰ ਆ ਗਿਆ ਸੀ ਜਾਂ ਸਤੰਬਰ ਅਭੀ ਚੱਲ ਰਿਹਾ ਸੀ ਆ ਉਦੋਂ ਬਹੁਤ ਸਾਰੇ ਐਪਲੀਕੈਂਟ ਇਹ ਕਹਿੰਦੇ ਸੀ ਕਿ ਸਾਡੀਆਂ 2020 ਦੇ ਵਿੱਚ ਐਪਲੀਕੇਸ਼ਨਾਂ ਲੱਗੀਆਂ ਹਜੇ ਤੱਕ ਕੋਈ ਅਪਡੇਟ ਨਹੀਂ ਆਇਆ ਪਰ ਸਤੰਬਰ ਮਹੀਨੇ ਦੇ ਫਰਸਟ ਵੀਕ ਦੇ ਵਿੱਚ ਬਹੁਤ ਸਾਰੇ ਐਪਲੀਕੈਂਟ ਸੀਗੇ ਜਿਨ੍ਹਾਂ ਨੂੰ ਮੈਡੀਕਲ ਰਿਕਵੈਸਟ ਆਈਆਂ ਠੀਕ ਹੈ ਡਾਕੂਮੈਂਟ ਰਿਕਵੈਸਟਾਂ ਆਉਣੀਆਂ ਸ਼ੁਰੂ ਹੋਈਆਂ ਤੇ ਕਿਤੇ ਨਾ ਕਿਤੇ ਇੰਟਰਵਿਊ ਰਿਕਵੈਸਟਾਂ ਵੀ ਆਉਣੀਆਂ ਸ਼ੁਰੂ ਹੋਈਆਂ ਜਿਨ੍ਹਾਂ ਤੋਂ ਅਸੀਂ ਅਨੁਮਾਨ ਲਾ ਸਕਦੇ ਹਾਂ ਕਿ ਆਉਣ ਵਾਲੇ 2 ਜਾਂ 3 ਮਹੀਨਿਆਂ ਦੇ ਵਿੱਚ ਅਸੀਂ ਇਹ ਦੇਖ ਸਕਦੇ ਹਾਂ ਕਿ ਰਿਜ਼ਲਟ ਉਸ ਪ੍ਰੋਪਰ ਸਪੀਡ ਦੇ ਨਾਲ ਆਉਣਗੇ ਜੇ ਸਾਹਮਣੇ ਪਹਿਲਾਂ ਆਉਂਦੇ ਸੀਗੇ ਬਾਕੀ ਕੋਵਿਡ ਵਾਲਾ ਬਹਾਨਾ ਤਾਂ ਫਿਰ ਇਹ ਚੱਲਦਾ ਹੀ ਰਹਿਣਾ ਕਿਉਂਕਿ ਨਵਾਂ ਵੇਰੀਐਂਟ ਆ ਗਿਆ ਸੋ ਇਹ ਸਾਰੀਆਂ ਗੱਲਾਂ ਹੁੰਦੀਆਂ ਰਹਿਣੀਆਂ ਸੋ ਇਹਨਾਂ ਨੂੰ ਥੋੜਾ ਜਿਹਾ ਪਾਸੇ ਰੱਖ ਕੇ ਆਪਦੀ ਫਾਈਲ ਦੇ ਉੱਤੇ ਆਪਦੇ 파ਰਟਨਰ ਨਾਲ ਧਿਆਨ ਦਿਓ ਕਿਉਂਕਿ ਤੁਹਾਨੂੰ ਹੁਣ ਰਿਜ਼ਲਟ ਜਲਦੀ ਤੋਂ ਜਲਦੀ ਮਿਲ ਸਕਦਾ ਬਟ ਇਹ ਨਹੀਂ ਹੈ ਕਿ ਮੈਂ ਕਹਤਾ ਤੇ ਕੱਲ ਨੂੰ ਮਿਲ ਜੂਗਾ ਪਰਸੋਂ ਮਿਲ ਜੂਗਾ ਸੋ ਜਿੱਥੇ ਇੰਨਾ ਟਾਈਮ ਵੇਟ ਕੀਤਾ ਥੋੜਾ ਜਿਹਾ ਟਾਈਮ ਹੋਰ ਵੇਟ ਕਰ ਲੋ ਕਿਉਂਕਿ ਇਹ ਇੱਕ ਸੰਕੇਤ ਆ ਜਿੱਦਾਂ ਮੈਡੀਕਲ ਰਿਕਵੈਸਟਾਂ ਆਉਣੀਆਂ ਡਾਕੂਮੈਂਟ ਰਿਕਵੈਸਟਾਂ ਹੋਣੀਆਂ ਕਿ ਆਈਆਰਸੀਸੀ ਜਿਹੜੀਆਂ ਟੈਂਪਰੇਰੀ ਰੈਜ਼ਿਡੈਂਸ ਦੀ ਵੀਜ਼ਾ ਐਪਲੀਕੇਸ਼ਨਸ ਦੇ ਵਿੱਚੋਂ ਸਪਾਊਸ ਓਪਨ ਵਰਕ ਪਰਮਿਟ ਵਾਲੇ ਹੈਗੇ ਆ ਉਹਨਾਂ ਨੂੰ ਵੀ ਹੁਣ ਸੀਰੀਅਸ ਲੈ ਰਹੀ ਆ ਹੁਣ ਆਪਾਂ ਇਸ ਵੀਡੀਓ ਦੇ ਤੀਜੇ ਮੁੱਦੇ ਤੇ ਗੱਲ ਕਰ ਲੈਨੇ ਆ ਉਹ ਹੈਗਾ ਕਿ ਇੰਟਰਵਿਊ ਹੋ ਗਿਆ ਉਹਦੇ ਬਾਅਦ ਮੈਨੂੰ ਮੈਡੀਕਲ ਰਿਕਵੈਸਟ ਵੀ ਆ ਗਈ ਆ ਤੇ ਨਾਲ ਦੀ ਨਾਲ ਡਾਕੂਮੈਂਟ ਰਿਕਵੈਸਟ ਵੀ ਆ ਗਈ ਇਹਦਾ ਕੀ ਮਤਲਬ ਆ ਸੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਕਿਤੇ ਨਾ ਕਿਤੇ ਵੀਜ਼ਾ ਲੈਣ ਦੇ ਹੱਕਦਾਰ ਹੋਗੇ ਹੋ ਕਿਉਂਕਿ ਇੰਟਰਵਿਊ ਤੁਹਾਡਾ ਹੋ ਗਿਆ ਜਿਹੜੇ ਵੀ ਵੀਜ਼ਾ ਆਫੀਸਰ ਦੇ ਸਵਾਲ ਸੀ ਉਹਨਾਂ ਦੇ ਜਵਾਬ ਤੁਸੀਂ ਦੇਤੇ ਆ ਤਾਂ ਇਸ ਕਰਕੇ ਹੀ ਤੁਹਾਨੂੰ ਮੈਡੀਕਲ ਰਿਕਵੈਸਟ ਕੀਤੀ ਜਾਂਦੀ ਆ ਜੇ ਤੁਹਾਨੂੰ ਵੀਜ਼ਾ ਦੇਣਾ ਹੋਵੇ ਆਉਣ ਵਾਲੇ ਟਾਈਮ ਦੇ ਵਿੱਚ ਬਾਕੀ ਬਹੁਤ ਸਾਰੇ ਐਪਲੀਕੈਂਟ ਹੈਗੇ ਆ ਜਿਨ੍ਹਾਂ ਦੀਆਂ ਘਰ ਵਾਲੀਆਂ ਦੀਆਂ ਸਟੱਡੀ ਕੈਨੇਡਾ ਦੇ ਵਿੱਚ ਕੰਪਲੀਟ ਹੋ ਚੁੱਕੀ ਹੈ ਤੇ ਉਹਨਾਂ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਉਹ ਡਾਕੂਮੈਂਟ ਰਿਕਵੈਸਟ ਦੇ ਵਿੱਚ ਕੋਈ ਵੱਡੀ ਚੀਜ਼ ਨਹੀਂ ਪੁੱਛੀ ਜਾ ਰਹੀ ਸਿਰਫ ਤੁਹਾਡੇ ਤੋਂ ਮੰਗਿਆ ਜਾ ਰਿਹਾ ਕਿ ਤੁਹਾਡੀ ਵਾਈਫ ਕੋਲੇ ਨੌਕ ਏ ਉਹ ਅਵੇਲੇਬਲ ਦੀ ਜੌਬ ਜਿਹੜੀ ਕਿ ਰਿਕੁਆਇਰਮੈਂਟ ਹੁੰਦੀ ਹੈ ਜਦੋਂ ਤੁਹਾਡੀ ਵਾਈਫ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਚੱਲ ਜਾਂਦੀ ਹੈ ਤੇ ਉਹਨੇ ਆਪਦੇ ਹਸਬੰਡ ਦਾ ਅਪਲਾਈ ਕਰਨਾ ਹੁੰਦਾ ਸਪਾਊਸ ਓਪਨ ਵਰਕ ਪਰਮਿਟ ਉਦੋਂ ਉਹੋ ਦੇ ਕੋਲੇ ਤਿੰਨ ਪੇਸਟ ਹੋਣੇ ਚਾਹੀਦੀ ਨੌਕ ਏ ਉਹ ਅਵੇਲੇਬਲ ਦੀ ਜੌਬ ਹੋਣੀ ਚਾਹੀਦੀ ਆ ਤੇ ਨਾਲ ਦੀ ਨਾਲ IRCC ਜਿਹੜੇ ਡਾਕੂਮੈਂਟ ਰਿਕਵੈਸਟ ਦੇ ਵਿੱਚ ਮੰਗ ਰਹੀ ਆ ਉਹ ਹੈਗੀ ਆ ਕਿ ਸਟੇਟਮੈਂਟ 3 ਮਹੀਨਿਆਂ ਦੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਬਹੁਤ ਸਾਰੇ ਐਪਲੀਕੈਂਟ ਇਦਾਂ ਦੇ ਆ ਜਿਹੜੇ ਫੇਕ ਜੌਬ ਸ਼ੋਅ ਕਰਕੇ ਇਦਾਂ ਕਰ ਲੈਂਦੇ ਆ ਸੋ ਇਸ ਕਰਕੇ 3 ਤੋਂ 4 ਮਹੀਨਿਆਂ ਦੀ ਜਾਂ 5 ਮਹੀਨਿਆਂ ਦੀ ਜਿੰਨੇ ਦੀ ਤੁਸੀਂ ਭੇਜਣਾ ਚਾਹੋ ਨੇ ਬਟ ਮੈਕਸਿਮਮ ਉਹ 3 ਮਹੀਨਿਆਂ ਦੀ ਸਟੇਟਮੈਂਟ ਜ਼ਰੂਰ ਮੰਗ ਰਿਆ ਜਿਹੜੀ ਤੁਸੀਂ ਵੈਬ ਫਾਰਮ ਦੇ ਰਾਹੀਂ ਉਹਨਾਂ ਨੂੰ ਸਬਮਿਟ ਕਰਨੀ ਆ ਜਿਹਦੇ ਬਾਅਦ ਅਗਰ ਤੁਸੀਂ ਐਲੀਜੀਬਿਲਟੀ ਕਲੀਅਰ ਕਰਦੇ ਹੋ ਜਿਹੜੀ ਐਲੀਜੀਬਿਲਟੀ ਹੈਗੀ ਆ ਯਾਨੀ ਕਿ ਰਿਕੁਆਇਰਮੈਂਟਸ ਹੈਗੀ ਆ ਉਹਨੂੰ ਮੀਟ ਦਿੱਤਾ ਜਾਊਗਾ ਜੇ ਤੁਸੀਂ ਰਿਕੁਆਇਰਮੈਂਟਸ ਨੂੰ ਨਹੀਂ ਮੀਟ ਕਰਦੇ ਆਫਟਰ ਇੰਟਰਵਿਊ ਵੀ ਜੇ ਤੁਹਾਨੂੰ ਡਾਕੂਮੈਂਟ ਰਿਕੁਐਸਟ ਆਉਂਦੀ ਕਿਸੇ ਗੱਲ ਦੀ ਉਹਨਾਂ ਤੇ ਨਹੀਂ ਖਰੇ ਉੱਤਰਦੇ ਤਾਂ ਹੋ ਸਕਦਾ ਕਿ ਤੁਹਾਨੂੰ ਰਿਫਿਊਜ਼ਲ ਮਿਲ ਜੇ ਸੋ ਬਾਕੀ ਇਹ ਸੀ ਇਹ ਅੱਜ ਵਾਲੀ ਵੀਡੀਓ ਦੇ ਮੇਨ ਟਾਪਿਕ ਬਾਕੀ ਇਹ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ